ਹਸਪਤਾਲ ਦੇ ਵਿੱਚ ਸਟਾਫ ਤੇ ਮਰੀਜ਼ਾਂ ਦੇ ਉਦੋਂ ਹੋਸ਼ ਉੱਡ ਗਏ ਜਦੋਂ ਇੱਕ ਖਾਲੀ ਰਿਕਸ਼ਾ ਲੈ ਕੇ ਰਿਕਸ਼ਾ ਚਾਲਕ ਇਸ ਹਸਪਤਾਲ ਦੇ ਅੰਦਰ ਵੜ ਗਿਆ। ਸਿਰਫ ਅੰਦਰ ਹੀ ਨਹੀਂ ਵੜਿਆ ਬਲਕਿ ਕਈ ਮੰਜ਼ਲਾਂ ਉੱਪਰ ਵੀ ਚੜ ਗਿਆ ਜੋ ਇੱਕ ਖਾਲੀ ਸਟੋਰ ਦੇ ਬਾਹਰ ਆ ਕੇ ਰੁਕ ਗਿਆ। ਇਸ ਦੌਰਾਨ ਆਸੇ ਪਾਸੇ ਮਰੀਜ਼ ਵੀ ਤੁਰਦੇ ਨਜ਼ਰ ਆਏ ਤੇ ਰਿਕਸ਼ੇ ਨੂੰ ਦੇਖ ਕੇ ਹੈਰਾਨ ਵੀ ਹੋਏ। ਉਧਰੀ ਹਸਪਤਾਲ ਦਾ ਸਟਾਫ ਵੀ ਇਹ ਦੇਖ ਕੇ ਕਾਫੀ ਹੈਰਾਨ ਸੀ ਕਿ ਆਖਿਰ ਇਹ ਰਿਕਸ਼ਾ ਚਾਲਕ ਖਾਲੀ ਰਿਕਸ਼ਾ ਲੈ ਕੇ ਅੰਦਰ ਕੀ ਕਰ ਰਿਹਾ, ਕਿਉਂਕਿ ਨਾ ਤਾਂ ਰਿਕਸ਼ੇ ਦੇ ਉੱਤੇ ਕੋਈ ਮਰੀਜ਼ ਸੀ ਤੇ ਨਾ ਹੀ ਰਿਕਸ਼ਾ ਚਾਲਕ ਦੇ ਨਾਲ ਕੋਈ ਸੀ। ਜਦੋਂ ਇਹ ਰਿਕਸ਼ਾ ਹਸਪਤਾਲ ਦੀਆਂ ਮੰਜ਼ਲਾਂ ਨੂੰ ਚੜ ਰਿਹਾ ਸੀ ਤਾਂ ਉਸ ਦੌਰਾਨ ਇੱਕ ਹੋਰ ਵਿਅਕਤੀ ਇਸ ਰਿਕਸ਼ੇ ਨੂੰ ਧੱਕਾ ਲਗਾਉਂਦਾ ਜ਼ਰੂਰ ਨਜ਼ਰ ਆਇਆ, ਜਿਸ ਤੋਂ ਬਾਅਦ ਉਹ ਵੀ ਇੱਕ ਸਟੋਰ ਦੇ ਅੰਦਰ ਵੜ ਜਾਂਦਾ ਹੈ। ਜਦੋਂ ਰਿਕਸ਼ਾ ਚਾਲਕ ਨੂੰ ਪੁੱਛਿਆ ਜਾਂਦਾ ਹੈ ਕਿ ਉਹ ਖਾਲੀ ਰਿਕਸ਼ਾ ਲੈ ਕੇ ਇੱਥੇ ਕੀ ਕਰ ਰਿਹਾ ਹੈ ਤਾਂ ਉਸ ਦਾ ਜਵਾਬ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਇਹ ਤਸਵੀਰਾਂ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦੀਆਂ ਨੇ ਜਿੱਥੇ ਰਿਕਸ਼ਾ ਚਾਲਕ ਅੰਦਰ ਵੜ ਗਿਆ ਉਹ ਵੀ ਬਿਨਾਂ ਕਿਸੇ ਮਰੀਜ਼ ਦੇ ਖਾਲੀ ਰਿਕਸ਼ਾ ਲੈ ਕੇ। ਹਸਪਤਾਲ ਦੀਆਂ ਕਈ ਮੰਜ਼ਲਾਂ ਵੀ ਚੜ ਗਿਆ ਤੇ ਇਸ ਦੇ ਨਾਲ ਇੱਕ ਵਿਅਕਤੀ ਵੀ ਮੌਜੂਦ ਸੀ। ਜਦੋਂ ਉਸਨੇ ਕਾਰਨ ਦੱਸਿਆ ਤਾਂ ਫਿਰ ਖੁਲਾਸਾ ਹੋਇਆ ਕਿ ਆਖਿਰ ਇਹ ਰਿਕਸ਼ਾ ਲੈ ਕੇ ਕਿਉਂ ਅੰਦਰ ਆਇਆ ਹੈ। ਪਰ ਫਿਰ ਵੀ ਕਿਸੇ ਹਸਪਤਾਲ ਦੇ ਵਿੱਚ ਕਿਸੇ ਵੀ ਕੰਮ ਲਈ ਖਾਲੀ ਵਾਹਨ ਲੈ ਕੇ ਹਸਪਤਾਲ ਦੀਆਂ ਮੰਜ਼ਲਾਂ ਤੱਕ ਚੜ ਜਾਣਾ ਕਿੰਨਾ ਕੁ ਸਹੀ ਹੈ ਇਹ ਤੁਸੀਂ ਕਮੈਂਟ ਕਰਕੇ ਦੱਸੋ। ਕਿੱਥੇ ਲਿਆਂਦਾ ਰਿਕਸ਼ਾ ਤੁਸੀਂ? ਜੀਠਾਰ ਤੋਂ। ਕਿਹੜੀ ਜਗ੍ਹਾ ਤੇ ਲੈ ਕੇ ਆਏ ਤੁਸੀਂ? ਅਸੀਂ ਜੀ ਇੱਥੋਂ ਹਸਪਤਾਲ ਆਏ ਹਾਂ। ਤੁਸੀਂ ਅੰਦਰ ਕਿਹੜੀ ਜਗ੍ਹਾ ਤੇ ਲੈ ਕੇ ਆਏ ਹੋ ਇਹ ਰਿਕਸ਼ਾ? ਅਸੀਂ ਇੱਥੇ ਗੁਰੂ ਨਾਨਕ ਹਸਪਤਾਲ। ਅੱਛਾ, ਇਹ ਕੀ ਕਰ ਰਹੇ ਹੋ ਤੁਸੀਂ? ਇਹ ਦਵਾਈ ਲੈਣ ਆਏ। ਦਵਾਈ ਕਿੱਥੇ ਜਾਣੀ ਹੈ? ਇਹ ਇੱਥੇ ਮਗਰਲੀ ਸਾਈਡ ਦੇ। ਮਗਰਲੀ ਸਾਈਡ ਕਿਹੜੀ ਕਿਹੜੀ ਜਗ੍ਹਾ? ਕਿਹੜੀ ਜਗ੍ਹਾ? ਇਹੋ ਹੀ ਆ ਜੀ, ਨਹੀਂ ਆ ਦਵਾਈ ਕੀ ਉਸੇ ਹਸਪੀਟਲ ਦੇ ਖੜੇ? ਹਾਂਜੀ 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 ਹਾਂਜੀ। ਇਸ ਤੋਂ ਪਹਿਲਾਂ ਤੁਸੀਂ ਰਿਕਸ਼ਾ ਲੈ ਕੇ ਆਏ? ਨਹੀਂ ਜੀ, ਅੱਜ ਹੀ ਆਇਆ। ਤੇ ਤਾਂ ਲੋਕੀ ਸਾਰੇ ਲੋਕ ਕਹਿ ਰਹੇ ਇਹ ਹਸਪੀਟਲ ਦੇ ਅੰਦਰ ਰਿਕਸ਼ਾ ਲਿਆ? ਨਹੀਂ ਨਹੀਂ, ਉਹ ਨਾਲ ਆ ਪਾ ਨਾ ਭਾਈ, ਮੈਡੀਕਲ ਜਾਣੀ ਤੁਹਾਡੇ ਨਾਲ ਆ ਪਾ ਮੈਡੀਕਲ ਜੀ ਲੰਗੇ ਲੱਗੇ ਇਹ ਲੈ ਕੇ ਮੁੰਡੇ ਜੀ ਮੈਡੀਕਲ ਨਾਲੇ ਕੋਈ ਆਪਣੇ ਹਸਪੀਟਲ ਦੀ ਕੋਈ ਬੈਂਡ ਇਹ ਇਹ ਆਰਟੀ ਸੈਂਟਰ ਨਾਲ ਹੀ ਥੱਲੇ ਆ। ਨਹੀਂ ਰਿਕਸ਼ਾ ਅਲਾਊਡ ਹੈਗਾ ਅੰਦਰ ਹਸਪੀਟਲ? ਨਹੀਂ ਪਤਾ ਨਹੀਂ, ਪੁੱਛ ਲਓ ਮੁੰਡੇ। ਨਹੀਂ ਨਹੀਂ, ਇੱਕ ਹਸਪੀਟਲ ਦੇ ਅੰਦਰ ਰਿਕਸ਼ਾ ਲਿਆਂਦਾ ਗਿਆ ਤੁਹਾਡੇ? ਇੱਕ ਮਿੰਟ ਨੂੰ ਪੁੱਛ ਲਓ ਮੁੰਡੇ ਨੂੰ।